ਨਰਸਿਸ ਕਰ ਗੁਰੂ ਨੇ ਗੱਲ ਡਿੱਠਣ ਦੀ ਨਹੀਂ ਭਾਵਨਾ ਦੀ ਕੀਤੀ। ਭਾਵਨਾ ਵਿੱਚ ਇਹ ਹੋਵੇ ਮੇਰੇ ਗੁਰੂ ਵਰਗਾ, ਇਹ ਹੈ ਭਾਵਨਾ, ਇਹ ਹੈ ਭਾਵ, ਇਹ ਹੈ ਪਿਆਰ, ਇਹ ਹੈ ਅੰਦਰ ਦਾ ਨਿਉ। ਬਾਣੀ ਸਤਿਗੁਰ ਵੱਡਾ ਕਾਂਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਤਿਗੁਰ ਮੇਰੇ ਕੀ ਵਡਿਆਈ। ਗੁਰ ਜੈਸਾ, ਗੁਰ ਜੈਸਾ ਨਹੀਂ ਕੋ ਦੇਵ। ਮੈਂ ਪੁੱਛਣਾ ਤੇਰੇ ਕੋਲ ਇਹ ਭਾਵਨਾ ਹੈ ਕਿ ਤੂੰ ਆਖੇ ਕੋਈ ਦੇਵੀ ਦੇਵਤਾ ਮੇਰੇ ਗੁਰੂ ਵਰਗਾ ਨਹੀਂ? ਆਹ ਭਾਵਨਾ ਪੈਦਾ ਕਰ। ਤੂੰ ਤਾਂ ਗੁਰੂ ਦਾ ਦਰਬਾਰ ਛੱਡ ਕੇ ਦੇਵੀ ਦੇਵਤਿਆਂ ਦੇ ਸਾਹਮਣੇ ਮਸਤਕ ਆਰਤੀਆਂ ਕਰਦਾ ਫਿਰਨਾ, ਮੱਥੇ ਰਗੜਦਾ ਫਿਰਨਾ ਤੇ ਪੜ੍ਹਨਾ ਗੁਰ ਜੈਸਾ ਨਹੀਂ ਕੋ ਦੇਵ। ਆਪਣੀ ਭਾਵਨਾ ਨੂੰ ਜ਼ਰਾ ਪਰਖ, ਇਨ ਦਾ ਵਿਸ਼ਲੇਸ਼ਣ ਕਰ, ਅਨੈਲਿਸਿਸ ਕਰ। ਗੁਰੂ ਨੇ ਗੱਲ ਡਿੱਠਣ ਦੀ ਨਹੀਂ ਭਾਵਨਾ ਦੀ ਕੀਤੀ। ਭਾਵਨਾ ਵਿੱਚ ਇਹ ਹੋਵੇ ਮੇਰੇ ਗੁਰੂ ਵਰਗਾ ਕੋਈ ਨਹੀਂ। ਪੌੜੀ ਸਤਿਗੁਰ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਿਸ ਦਿਨ ਭਾਵਨਾ ਇਹ ਬਣ ਜਾਏਗੀ ਨਾ, ਉਸ ਦਿਨ ਸਰਦਾਰ ਪਰਮਜੀਤ ਸਿੰਘ ਵਰਗਿਆਂ ਨੂੰ ਇਹ ਉਲਾਂਭਾ ਨਹੀਂ ਰਹੇਗਾ ਕਿ ਕੋਈ ਭੇਖਤਾਰੀ ਸਾਡੇ ਤੇ ਗੁਰੂ ਦੇ ਦਰਮਿਆਨ ਵਿੱਚ ਕਿਉਂ ਆ ਖਲੋਤਾ। ਇਹ ਉਲਾਂਭੇ ਨਹੀਂ ਰਹਿਣਗੇ। ਉਸ ਦਿਨ ਕੋਈ ਭੇਖਧਾਰੀ, ਕੋਈ ਲੰਬੇ ਚੌਲਿਆਂ ਵਾਲਾ, ਕੋਈ ਗੋਲ ਪੱਗ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੇਰੇ ਦਰਮਿਆਨ ਵਿੱਚ ਨਹੀਂ ਖੜਾ ਹੋ ਸਕੇਗਾ। ਜਿਸ ਦਿਨ ਮੈਨੂੰ ਇਹ ਭਾਵਨਾ ਬਣ ਗਈ ਸਤਿਗੁਰ ਜੇਵੜ ਦਾਤਾ ਕੋ ਨਹੀਂ, ਉਸ ਦਿਨ ਕੋਈ ਮੂਰਤੀ, ਕੋਈ ਫੋਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਸਿੰਘਾਸਣ ਨਹੀਂ ਬਣਾ ਸਕੇਗੀ। ਜਿਸ ਦਿਨ ਮੇਰੀ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਇੰਨੀ ਮਜ਼ਬੂਤ ਤੇ ਦ੍ਰਿੜ ਹੋ ਗਈ, ਉਸ ਦਿਨ ਕੋਈ ਗ੍ਰੰਥ ਜਿਹਦੇ ਉੱਤੇ ਗੁਰੂ ਲਫ਼ਜ਼ ਲਾ ਕੇ ਬਰਾਬਰ ਪ੍ਰਕਾਸ਼ ਕਰ ਦਿੱਤਾ ਜਾਏ, ਐਸਾ ਨਹੀਂ ਹੋ ਸਕੇਗਾ। ਇਹ ਸਾਡੀ ਭਾਵਨਾ ਦੀ ਕਮਜ਼ੋਰੀ ਹੈ। ਅਸੀਂ ਪੁਰਬ ਮਨਾ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਸਾਨੂੰ ਆਪਣੇ ਅੰਦਰ ਝਾਤ ਮਾਰਨੀ ਪੈ ਗਈ। ਹੁਣ ਸਰਨਾ ਸਾਹਿਬ ਨੇ ਇੱਕ ਲਫ਼ਜ਼ ਵਰਤੇ ਸਨ ਕਿ ਇਹੋ ਸਥਾਨ ਹੈ ਜਿੱਥੇ ਗੁਰੂ ਦਸਮ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਸਦਕਾ ਆਪਣੇ ਸਰੀਰਕ ਦੇਹ ਦੇ ਅੰਤਮ ਸਮੇਂ, ਗੁਰੂ ਦੇ ਅੰਤ ਨਹੀਂ ਹੁੰਦਾ, ਗੁਰੂ ਮਰਦਾ ਨਹੀਂ, ਗੁਰੂ ਜਾਂਦਾ ਨਹੀਂ,
ਪਿਛਲੇ ਦਿਹਾੜਿਆਂ ਵਿੱਚ ਇਲਾਜ ਵਾਸਤੇ ਕਿਸੇ ਆਸ਼ਰਮ ਕੁਛ ਦਿਨ ਠਹਿਰਨਾ ਪਿਆ, ਉੱਥੇ ਵੀ ਕੋਈ ਸਾਧੂ ਮਹਾਤਮਾ ਉਹਨਾਂ ਦਾ ਗੁਰੂ ਰੂਪ ਬਣਿਆ ਹੋਇਆ, ਮੇਰਾ ਉਹ ਵਿਸ਼ਵਾਸ ਨਹੀਂ। ਹਰ ਇੱਕ ਨੂੰ ਆਪਣੇ ਢੰਗ ਨਾਲ ਜਿਉਣ ਦਾ ਅਧਿਕਾਰ ਹੈ, ਸਾਨੂੰ ਆਪਣੇ ਢੰਗ ਪ੍ਰਤੀ ਸੁਚੇਤ ਹੋਣਾ ਚਾਹੀਦਾ। ਹੋਇਆ ਕਿ ਸ਼ਾਮਾਂ ਦਾ ਟਾਈਮ ਸੀ, ਉਹਨੇ ਆਖਿਆ ਵੀ ਧਾਰਮਿਕ ਆਦਮੀ ਹੈ, ਕੋਈ ਸੱਜਣ ਮੇਰੇ ਕੋਲ। ਅੱਜ ਹਜ਼ਾਰਾਂ ਦੀ ਤਾਦਾਦ ਵਿੱਚ ਜੇ ਜਾਂ ਇਸ ਪੂਰੇ ਵਰ੍ਹੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਜੇ ਸਿੱਖ ਸੰਗਤਾਂ ਨੇ ਇਸ ਅਸਥਾਨ ਤੇ ਆ ਕੇ ਇੱਥੋਂ ਦੀ ਧੂੜ ਮਸਤਕ ਤੇ ਲਗਾਉਣੀ ਹੈ, ਤੇ ਉਹਦਾ ਕਾਰਨ ਇਹ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਪੰਜਾਬ ਦੇ ਹਰ ਹਿੱਸੇ ਵਿੱਚ ਹੈ, ਹਰ ਨਗਰ ਵਿੱਚ ਹੈ, ਹਰ ਗਲੀ ਵਿੱਚ ਹੈ, ਬਹੁਤਾਤ ਘਰਾਂ ਵਿੱਚ ਹੈ, ਅਸੀਂ ਉੱਥੇ ਵੀ ਦਰਸ਼ਨ ਕਰ ਲੈਂਦੇ ਹਾਂ। ਇੱਥੇ ਜੇ ਸਿੱਖ ਆਇਆ ਤਾਂ ਇਸ ਲਈ ਆਇਆ ਕਿ ਇਸ ਅਸਥਾਨ ਤੇ ਉਹ ਯਾਦ ਜੁੜੀ ਹੋਈ ਹੈ, ਇਸ ਅਸਥਾਨ ਤੇ ਉਹ ਇਤਿਹਾਸ ਜੁੜਿਆ ਹੋਇਆ, ਜਿਹੜਾ ਇਤਿਹਾਸ ਇਹ ਗੱਲ ਸਾਬਤ ਕਰਦਾ ਕਿ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਆਪਣੀ ਹੱਥੀਂ ਦਿੱਤੀ। ਮੈਂ ਹੁਣ ਰੁਕਣਾ ਚਾਹੁੰਦਾ, ਮੈਂ ਤੋਖਲੇ ਵਿੱਚ ਸ਼ੰਕੇ ਜਿਹੇ ਵਿੱਚ ਪੈਦਾ ਹੋ ਗਿਆ, ਮੈਂ ਤੁਹਾਡੇ ਕੋਲੋਂ ਸ਼ੰਕਾ ਇੱਕ ਨਿਵਿਰਤ ਕਰਨਾ ਚਾਹੁੰਦਾ। ਭਲੇ ਹੋ ਤੁਸੀਂ ਪੁਰਬ ਮਨਾਉਣ ਆਏ, ਇੱਥੋਂ ਦੇ ਜ਼ਿੰਮੇਵਾਰ ਵੀਰ ਬੜੇ ਸਿਆਣੇ ਨੇ, ਸਿੰਘ ਸਾਹਿਬ ਬੜੇ ਵਿਦਵਾਨ ਨੇ, ਗੁਰਮੁਖ ਸੱਜਣ ਨੇ, ਜੀਵਨ ਵਾਲੇ ਨੇ, ਉਹਨਾਂ ਦੇ ਸਿਰ ਕੁਛ ਜ਼ਿੰਮੇਵਾਰੀ ਆਇਦ ਹੁੰਦੀ ਹੈ ਤੇ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਉਹਨਾਂ ਦਾ ਫਰਜ਼ ਬਣਦਾ ਹੈ। ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ, ਇਤਿਹਾਸ ਦੇ ਪੰਨਿਆਂ ਤੇ ਕਿਤੇ ਲਿਖਿਆ ਹੋਇਆ ਵੀ ਭਲਾ ਕਿੰਨੇ ਕੁ ਪ੍ਰਕਾਸ਼ ਸਨ ਗ੍ਰੰਥ ਦੇ ਨਾਲ, ਗ੍ਰੰਥ ਜਿਨ੍ਹਾਂ ਨੂੰ ਗੱਦੀ ਦਿੱਤੀ ਗਈ, ਭਲੇ ਹੋਈ ਵੀ ਕਿਤੇ ਇਤਿਹਾਸ ਵਿੱਚ ਪਾ ਦਿਓ, ਇਹ ਵੀ ਕਿਤੇ। ਹਾਂ, ਅਸੀਂ ਇੰਨੀ ਗੱਲ ਤਾਂ ਮੰਨਦੇ ਹਾਂ ਕਿ ਜੇ ਸਤਿਗੁਰੂ ਦੀ ਕੋਈ ਕਿਰਤ ਸਾਨੂੰ ਕਿਤੋਂ ਮਿਲਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ, ਤਾਂ ਉਹ ਗੁਰੂ ਪਦਵੀ ਨਹੀਂ ਉਹ ਸੰਭਾਲੀ ਜਾ ਸਕਦੀ ਹੈ ਆਪਣਾ ਲਿਟਰੇਚਰ ਤੇ ਸਤਿਕਾਰਯੋਗ ਲਿਟਰੇਚਰ ਹੋਣ ਦੇ ਨਾਤੇ। ਪਰ ਤੁਹਾਡਾ ਹੀ ਇਤਿਹਾਸ, ਜਿਸ ਇਤਿਹਾਸ ਨੂੰ ਦੌਰਾਨ ਤੇ ਯਾਦ ਕਰਨ ਲਈ ਤੁਸੀਂ ਇੱਥੇ ਜੁੜੇ ਹੋ। ਮੈਂ ਇੰਨੀ ਕੁ ਗੱਲ ਸਿਰਫ ਪੁੱਛਣਾ ਚਾਹੁੰਦਾ ਕਿ ਭਲਾ ਇਤਿਹਾਸ ਦੇ ਪੰਨਿਆਂ ਤੇ ਉਦੋਂ ਤੁਸੀਂ ਲਿਖਿਆ ਵੇਖਿਆ ਜਾਂ ਕਿਸੇ ਸੀਨਾ ਬਸੀਨਾ ਆਈ ਹੋਈ ਗੱਲ ਨੂੰ ਵੇਖਿਆ ਕਿ ਉਦੋਂ ਭਲਾ ਕੋਈ ਹੋਰ ਵੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਪ੍ਰਕਾਸ਼ ਸੀ ਜਿਹਨੂੰ ਗੱਦੀ ਦਿੱਤੀ ਗਈ? ਐਸੀ ਤਾਂ ਮੇਰਾ ਸ਼ੰਕਾ ਦੂਰ ਹੋ ਜਾਏ। ਮੈਂ ਕੋਈ ਜਿਰਾ ਕਰਨ ਨਹੀਂ ਆਇਆ, ਕੇਵਲ ਸਿਰ ਝੁਕਾਉਣਾ ਹੈ, ਪਰ ਸਿਰ ਝੁਕਾਉਣ ਲਈ ਮੈਨੂੰ ਵਿਸ਼ਵਾਸ ਤੇ ਚਾਹੀਦਾ ਹੈ। ਅੱਖਾਂ ਬੰਦ ਕੇ ਸਿਰ ਝੁਕਾਉਣਾ ਹੋਰ ਗੱਲ ਹੈ, ਮਨ ਦੀ ਤਸੱਲੀ ਨਾਲ ਸਿਰ ਝੁਕਾਉਣਾ, ਮੈਂ ਸਿਰ ਝੁਕਾਉਣ ਆਇਆ ਇੱਥੇ, ਕੋਈ ਤਕਰਾਰ ਕਰਨ ਨਹੀਂ ਆਇਆ। ਲੇਕਿਨ ਸ਼ੰਕਾ ਸਿਰ ਝੁਕਾਉਣ ਦੇ ਨਾਲ ਨਾਲ ਸ਼ੰਕੇ ਦੀ ਨਿਵਿਰਤੀ ਤਾਂ ਮੇਰੀ ਤੁਸਾਂ ਹੀ ਦੂਰ ਕਰਨੀ ਹੈ। ਇਹ ਸਾਬਤ ਕਰੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੱਦੀ ਦਿੱਤੀ ਗਈ, ਕਿਸੇ ਹੋਰ ਗ੍ਰੰਥ ਨੂੰ ਵੀ ਨਾਲ ਗੱਦੀ ਦਿੱਤੀ ਗਈ ਜਾਂ ਗੁਰੂ ਪਦਵੀ ਦਿੱਤੀ ਗਈ? ਅੱਜ ਅਸੀਂ ਇੱਕ
ਵੱਖਰੇ ਗ੍ਰੰਥ ਉੱਤੇ ਮੇਰਾ ਦਸ਼ਮ ਨਹੀਂ ਗੁਰੂ ਲਫ਼ਜ਼ ਵੀ ਪਾ ਦਿੱਤਾ। ਮੈਂ ਰਾਤ ਦੇ ਦੀਵਾਨ ਵਿੱਚ ਕੁਝ ਵਿਚਾਰਾਂ ਕਰਨਾ ਚਾਹੁੰਦਾ, ਗੁਰੂ ਲਫ਼ਜ਼ ਵੀ ਪਾ ਦਿੱਤਾ ਤੇ ਕੀ ਕਾਰਨ? ਜਿਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਗਈ, ਤੁਸੀਂ ਵੀ ਮੰਨਦੇ ਹੋ, ਮੈਂ ਵੀ ਮੰਨਣਾ, ਤੁਸੀਂ ਵੀ ਇਸ ਗੱਲ ਅੱਗੇ ਸਿਰ ਝੁਕਾਉਂਦੇ ਹੋ, ਮੈਂ ਵੀ ਝੁਕਾਉਣਾ। ਉਸੇ ਸਥਾਨ ਤੇ ਜੇ ਕੋਈ ਕਨਫਿਊਜ਼ ਹੋ ਕੇ ਜਾਵੇ ਤਾਂ ਇਹ ਸਾਡੀ ਡਿਊਟੀ ਤੋਂ ਸਾਡੀ ਕੋਤਾਹੀ ਹੋਵੇਗੀ, ਸਾਡੀ ਅਸੀਂ ਸਾਨੂੰ ਸੰਤੁਸ਼ਟ ਕਰਦੇ। ਸਾਡੇ ਮਨ ਦਾ ਵਿਸ਼ਵਾਸ ਇੰਨਾ ਦ੍ਰਿੜ ਹੋਵੇ, ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਗੁਰ ਕਹਿਆ ਸਭ ਇੱਕੋ ਇੱਕੋ, ਗੁਰ ਕਹਿਆ ਸਭ ਇੱਕੋ ਇੱਕੋ, ਅਵਰ ਨਾ ਕੋਈ ਹੋਏਗਾ ਜੀਓ, ਗੁਰ ਕਹਿਆ ਸੱਚ।